ਸੀ ਕਿਹਾ ਬੰਦੇ ਨੂੰ ਗਰੀਬੀ ਮਾਰਦੀ ਹੁੰਦੀ ਆ, ਇਹ ਗੱਲ ਸਹੀ ਆ। ਉਹੀ ਜ਼ਮੀਨ ਆ ਗਈ, ਉਹਦੇ 'ਚ ਵੀ ਅੱਧੇ ਗਹਿਣੇ ਪਈ ਆ, ਹੁਣ ਕੀ ਕਰੀਏ। ਕਹਿੰਦੇ ਹੁੰਦੇ ਆ ਜ਼ਮੀਨ ਤਾਂ ਜੱਟ ਦੀ ਮਾਂ ਗਈ, ਜ਼ਮੀਨ ਤਾਂ ਕਿਵੇਂ ਨਾ ਕਿਵੇਂ ਕਰਕੇ ਛੜਾਈਏ। ਮੈਂ ਗੱਲ ਕਰਦਾ ਕਸ਼ਮੀਰੋਂ ਨਾਲ ਵੀ ਜਿਹੜੇ ਗਹਿਣੇ ਪਏ ਆ ਨਾ ਜੀਤਾਂ ਦੇ, ਆਪਾਂ ਉਹ ਗਹਿਣੇ ਧਰ ਕੇ ਵੀ ਜ਼ਮੀਨ ਛੜਾ ਲੈਂਦੇ ਹਾਂ। ਚੱਲ ਕਿਹੜਾ ਜ਼ਮੀਨ ਕੋਲ ਆ ਜਾਏ, ਬੀਜਦੇ ਤਾਂ ਹੋ ਜਾਵਾਂਗੇ, ਹੁਣ ਤਾਂ ਠੇਕੇ 'ਤੇ ਵੀ ਲਈ ਜਾਂਦੀ ਜ਼ਿਆਦਾ। ਮੈਂ ਕਰਦਾ ਕਸ਼ਮੀਰੋਂ ਨਾਲ ਗੱਲ ਵੀ ਕਰਨੀ ਜ਼ਰੂਰੀ ਹੈ। ਕਸ਼ਮੀਰੋ ਤੈਨੂੰ ਬਾਬੀ ਕਸ਼ਮੀਰੋ। ਹਾਂਜੀ ਜੀਤਾਂ ਦੇ ਬਾਪੂ। ਉਰੇ ਆ ਮਾੜਾ ਜਾ। ਹਾਂ ਕਿਵੇਂ ਬਾਜਾ ਮਾਰੀ ਜਾਂਦੇ ਹੋ? ਉਹ ਬਾਜਾ ਕਿਵੇਂ ਮਾਰਨੀਆਂ, ਤੈਨੂੰ ਪਤਾ ਤਾਂ ਹੈਗਾ ਮੇਰੇ ਪੱਲੇ ਤਾਂ ਹੁਣ ਬਾਜੇ ਰਹਿ ਗਏ ਆ, ਹੋਰ ਕੀ ਕਰਾਂ। ਤੂੰ ਵੀ ਕਹਿੰਦੀ ਹੋਣੀ ਮੈਂ ਕਿੱਥੇ ਫਸੀ ਇਹਦੇ ਨਾਲ, ਵਿਆਹ ਕਰਾ ਕੇ ਮੇਰੀ ਕਿਸਮਤ ਹੀ ਇਹੋ ਜਿਹੀ ਆ, ਕੀ ਕਰਿਆ ਜਾਵੇ ਕਸ਼ਮੀਰੋ। ਮੈਂ ਤਾਂ ਕਹਿ ਸੋਚਿਆ ਤੂੰ ਜਿਹੜੀ ਆਪਣੀ ਜ਼ਮੀਨ ਨਹੀਂ ਗਹਿਣੇ ਪਈ। ਹਾਂਜੀ ਉਹ ਜਿਹੜੇ ਮੈਂ ਜੀਤਾਂ ਵਾਲੇ ਗਹਿਣੇ ਸੀ, ਜੇ ਮੈਨੂੰ ਤੂੰ ਉਹ ਦੇ ਦਿੰਦੀ ਤਾਂ ਆਪਾਂ ਧਰ ਕੇ ਕਿਹੜਾ ਜ਼ਮੀਨ ਛੁਡਾ ਲੈਂਦੇ। ਜਿਹੜਾ ਆਪਣੇ ਕੋਲ ਜ਼ਮੀਨ ਆ ਜਾਊਗੀ ਆਪਾਂ ਬੀਜਦੇ ਤਾਂ ਹੋ ਜਾਵਾਂਗੇ। ਤੈਨੂੰ ਪਤਾ ਹੁਣ ਠੇਕੇ ਵਾਲੇ ਮਹਿੰਗੇ ਆ, 70,000 75,000 ਉਹਨੂੰ ਆ ਵਾਹਣ, ਆਪਾਂ ਇੰਨੇ ਪੈਸੇ ਕਿੱਥੋਂ ਲਾ ਦਾਂਗੇ। ਇਹ ਤਾਂ ਗੱਲ ਤੁਹਾਡੀ ਠੀਕ ਹੈ ਜੀ, ਪਰ ਉਹ ਹਾਰ ਤਾਂ ਮੈਂ ਆਪਦੀ ਧੀ ਜੀਤਾਂ ਲਈ ਰੱਖਿਆ ਸੀ। ਗੱਲ ਤਾਂ ਤੇਰੀ ਬਿਲਕੁਲ ਸਹੀ ਆ, ਮਨ ਤਾਂ ਮੇਰਾ ਵੀ ਨਹੀਂ ਕਰਦਾ, ਪਰ ਕਹਿੰਦੇ ਜਿਹੜੀਆਂ ਮਜ਼ਬੂਰੀਆਂ ਹੁੰਦੀਆਂ ਨਾ ਬੰਦੇ ਨੂੰ ਬਾਹਲਾ ਕੁਛ ਕਰਾ ਦਿੰਦੀਆਂ। ਹੁਣ ਆਪਣੇ ਤਾਂ ਹੈ ਹੀ ਮਜ਼ਬੂਰੀਆਂ, ਕੀ ਕੀਤਾ ਜਾਵੇ, ਕਿਹਨੂੰ ਦੋਸ਼ ਦੇਵਾਂ, ਉਹ ਮੇਰੇ ਪਰਮਾਤਮਾ ਨੂੰ ਦੇਵਾਂ ਕਿ ਕਿਹਨੂੰ ਦੇਵਾਂ, ਸਮਝ ਨਹੀਂ ਆਉਂਦੀ ਗੱਲ ਦੀ। ਪਤਾ ਨਹੀਂ ਭਾਈ ਮੇਰੀ ਕਿਸਮਤ ਹੀ ਮਾੜੀ ਹੈ। ਚਲ ਜਦੋਂ ਆਪਣੇ ਕੋਲ ਦੋ ਪੈਸੇ ਆ ਗਏ ਨਾ ਕਿਵੇਂ ਨਾ ਕਿਵੇਂ ਆਪਾਂ ਛੜਾ ਲਾਂਗੇ, ਕਿਉਂਕਿ ਆਪਣੇ ਹੱਥ 'ਚ ਜ਼ਮੀਨ ਆ ਜੂਗੀ। ਮੈਂ ਤਾਂ ਇਹ ਕਹਿੰਦਾ ਸੀ ਅੱਗੇ ਭਾਈ ਤੇਰੀ ਮਰਜ਼ੀ ਹੈ। ਨਹੀਂ ਨਹੀਂ ਚਲੋ ਤੁਹਾਡੀ ਗੱਲ ਠੀਕ ਹੈ ਜੀ, ਮੈਂ ਦਿੰਦੀ ਹਾਂ ਕੱਢ ਕੇ। ਮੈਂ ਖੁੱਲ੍ਹਾਂ ਕਸ਼ਮੀਰੋ, ਇਹ ਥੋੜ੍ਹੇ ਟਾਇਟ ਹੋ ਜਾਂਦੇ ਆ, ਆਪਣੇ ਕੋਲ ਤਾਂ ਆਪ ਨਹੀਂ ਥਾਂ ਵੀ ਪੇਟੀ ਅੰਦਰ ਧਰ ਦੇ, ਇਹਨੂੰ ਤਾਂ ਗਰੀਬਾਂ ਦੀਆਂ ਮਜ਼ਬੂਰੀਆਂ ਬੱਸਾਂ। ਇਹ ਆਪਾ ਜੀ ਮੇਰੀ ਮਾਂ ਨੇ ਮੈਨੂੰ ਦਿੱਤਾ ਸੀ ਅਤੇ ਮੈਂ ਮੇਰੀ ਧੀ ਜੀਤਾਂ ਵਾਸਤੇ ਰੱਖਿਆ ਸੀ, ਪਰ ਚੱਲ ਹੁਣ ਕੀ ਕਰੀਏ ਆਪਾਂ, ਆਪਣੀ ਵੀ ਮਜ਼ਬੂਰੀ ਹੈ। ਕਸ਼ਮੀਰੋ ਜੇ ਮਜ਼ਬੂਰੀ ਆ ਫਿਰ ਹੀ ਮੈਂ ਤੈਨੂੰ ਕਿਹਾ ਨਹੀਂ, ਕਿਹਦਾ ਜੀ ਕਰਦਾ, ਆਹ ਦੇਖ ਆਪਣੀ ਜੀਤਾਂ ਨੇ ਕਿੰਨੇ ਸੋਹਣਾ ਸੀ ਦੇਖ। ਲੈ ਕਸ਼ਮੀਰੋ ਲੈ, ਤੂੰ ਤਾਂ ਰੋਣ ਲੱਗ ਗਈ, ਤੂੰ ਰੋਣਾ ਕੋਈ ਗੱਲ ਨਹੀਂ। ਕਹਿੰਦੇ ਹੁੰਦੇ ਆ ਮੇਰੀ ਗਰੀਬੀ ਤਾਂ ਬੰਦੇ 'ਤੇ ਆਉਂਦੀ ਰਹਿੰਦੀ ਹੈ, ਕੋਈ ਗੱਲ ਨਹੀਂ ਜੇ ਆਪਣੇ ਅੱਜ ਦਿਨ ਮਾੜੇ ਕਿਤੇ ਚੰਗੇ ਵੀ ਆਉਣਗੇ, ਪਰ ਤੂੰ ਐਂ ਨਾ ਕਰ, ਇਹ ਗੱਲ ਦਿੱਤਾ ਮੈਨੂੰ ਵੀ ਪਤਾ ਹੀ ਹੈ ਵੀ ਇਹ ਆਪਣੇ ਜੀਤਾਂ ਦੇ ਆ, ਪਰ ਕੀ ਕੀਤਾ ਜਾਵੇ, ਮੇਰਾ ਵੀ ਦਿਲ ਨਹੀਂ ਕਰਦਾ ਤੁਹਾਨੂੰ, ਪਰ ਕੀ ਕਰਾਂ ਮੈਂ, ਚੱਲ ਕੋਈ ਗੱਲ ਨਹੀਂ ਹੌਂਸਲਾ ਰੱਖ ਦੇ। ਚਲੋ ਕੋਈ ਗੱਲ ਨਹੀਂ ਜੀ, ਲੈ ਜਾਓ ਤੁਸੀਂ, ਲੈ ਤਾਂ ਜਾਣਾ, ਕੀ ਕੀਤਾ ਜਾਵੇ। ਰੱਬਾ ਗਰੀਬੀ ਨਾ ਦੇਈਂ ਕਿਸੇ ਨੂੰ ਯਾਰ, ਮੈਂ ਆਪਦੀ ਧੀ ਜੀਤਾਂ ਵਾਸਤੇ ਰੱਖਿਆ ਸੀ ਬੜੇ ਚਾਵਾਂ ਨਾਲ ਸਾਂਭ ਸਾਂਭ ਕੇ ਕਿ ਮੇਰੀ ਜੀਤਾਂ ਦੇ ਵਿਆਹ ਵੇਲੇ ਪਾਉਂਗੀ ਉਸਨੂੰ, ਅੱਜ ਇਹ ਵੀ ਦੇਣਾ ਪੈ ਗਿਆ।
ਕੀ ਯਾਰ ਮਨਾ ਕੀ ਕਰੀਏ ਯਾਰ, ਜਿੰਨਾ ਚਿਰ ਲੋਕਾਂ ਨੂੰ ਮਾੜਾ ਮੋਟਾ ਸਬਕ ਨਹੀਂ ਸਿਖਾਇਆ ਜਾਂਦਾ ਜਾਂ ਕੁੰਡੀ ਕਿਸੇ ਪਾਸੋਂ ਲਾਈ ਨਹੀਂ ਜਾਂਦੀ ਉਹਨਾਂ ਚਿਰ ਕਾਹਨੂੰ ਸੁਧਰਦੇ ਨੇ ਇਹ। ਪਰ ਮੂਹਰੇ ਵੋਟਾਂ ਵੀ ਆਉਂਦੀਆਂ ਨੇ, ਉਹਦਾ ਵੀ ਦੇਖਣਾ ਪਊਗਾ। ਚੱਲ ਮਨਾ, ਮਹੀਨਾ ਦੋ ਮਹੀਨੇ ਤਾਂ ਹੱਥ ਬੰਨਣੇ ਪੈਣਗੇ, ਉਦੋਂ ਬਾਅਦ ਫਿਰ 5 ਸਾਲ ਤਾਂ ਛਿੱਤਰ ਲਾਉਣ 'ਤੇ ਹੈ। ਨਾਲੇ ਕਿਹੜਾ ਸਮਝਾਵੇ ਇਹਨਾਂ ਨੂੰ, ਸੰਤਰੇ ਦੀ ਮਾਰ ਹੈਗੀ ਆ, ਲਿਆ ਕੇ ਪੇਟੀਆਂ ਧਰ ਦਿਆਂਗੇ। ਅੱਗੇ ਨਹੀਂ ਧਰੀਆਂ, ਅੱਗੇ ਵੀ ਬਥੇਰਾ ਦਾਰੂ ਨਾਲ ਹੀ ਕੰਮ ਸਾਰਿਆ। ਹੋਰ ਅੱਗੇ ਕਿਹੜਾ ਵੋਟਾਂ ਪਾਉਂਦਾ ਸੀ, ਕੁਛ ਮੁੱਲ ਲਿੱਤੀਆਂ ਨੇ। ਜੇ 20 ਲੱਖ ਲਾਇਆ ਤਾਂ 50 ਲੱਖ ਕਰਿਆ ਵੀ ਆ ਪੂਰਾ, 10 ਲੱਖ ਲਾ ਦਿਆਂਗੇ ਤਾਂ ਕੀ ਫਰਕ ਪੈਂਦਾ ਗਾ। ਕੋਈ ਨਾ, ਚੱਲ ਦੇਖਦੇ ਹਾਂ ਕੀ ਬਣਦਾ। ਸੱਚ ਮੈਂ ਤਾਂ ਫੋਨ ਵੀ ਕਰਨਾ ਸੀ ਉਹਨੂੰ, ਪੁੱਛਾਂ ਕੀ ਕਹਿੰਦਾ। ਨਾ ਕਿਹਨੂੰ ਟਾਂਕੇ ਲਾਈ ਜਾਂਦੇ ਹੋ ਜੀ? ਉਹ ਯਾਰ ਟਾਂਕੇ ਕਿਹਨੂੰ ਲਾਉਣੇ ਨੇ, ਲੋਕਾਂ ਨੂੰ ਲਾਉਣੇ ਆ ਜਿਨ੍ਹਾਂ ਨੇ ਇੱਥੇ ਮਨਾ ਮੂਹੀ ਸ਼ਰਾਬਾਂ ਪੀਤੀਆਂ ਸੀ। ਹੁਣ ਜੇ ਟਾਂਕੇ ਟੂੰਕੇ ਲੱਗ ਗਏ ਹੋਣ ਤਾਂ ਮੈਂ ਵੀ ਕੋਈ ਆਪਣੀ ਫਰਮਾਇਸ਼ ਰੱਖਾਂ ਤੁਹਾਡੇ ਅੱਗੇ? ਤੇਰੀਆਂ ਫਰਮਾਇਸ਼ਾਂ ਤਾਂ ਸਦਾ ਪੂਰੀਆਂ ਨਹੀਂ ਹੁੰਦੀਆਂ, ਦੱਸ ਕੀ ਫਰਮਾਇਸ਼ ਆ ਹੁਣ ਨਵੀਂ? ਮੈਂ ਤਾਂ ਇਹ ਕਹਿੰਦੀ ਸੀ 1-2 ਸੂਟ ਮੈਨੂੰ ਵੀ ਲਿਆ ਦਿਓ ਤੁਸੀਂ ਨਵੇਂ। ਕਿਉਂ, ਟਰਾਂਕਾਂ ਦੇ ਟਰੰਕ ਤੇਰੇ ਕੋਲ ਸੂਟ ਭਰੇ ਪਏ ਨੇ, ਆਹ ਵੀ ਹੁਣ ਨਵਾਂ ਸਮਿਆ ਕੇ ਪਾਲਿਆ, ਹੁਣ ਇੰਨੇ ਸੂਟਾਂ ਨੂੰ ਦੱਸ ਕੀ ਹੈ? ਲੈ 1 ਧੋ ਪਾਇਆ ਸੂਟ ਪੁਰਾਣਾ ਹੋ ਜਾਂਦਾ, ਫਿਰ ਵੀ ਸਰਪੰਚ ਨਹੀਂ ਹੈਗੀ। ਉਹ ਸਰਪੰਚ ਨਹੀਂ ਤਾਂ ਹੈਗੀ ਆ, ਮੈਂ ਤਾਂ 2 ਕੁੜਤੇ ਪਜਾਮੇ ਆ, ਪੱਗ ਬੰਨ ਲੈਂਦੇ ਹਾਂ, ਕੁੜਤਾ ਪਜਾਮਾ ਉਹੀ ਰੱਖ ਲੈਂਦੇ ਹਾਂਗੇ। ਲਿਆਈ ਸੂਟ ਤਾਂ ਕੀ ਗੱਲ ਹੈਗੀ, ਜਿੱਥੋਂ ਮਰਜ਼ੀ ਲਿਆਈ, ਆਪਣਾ ਨਾਂ ਚੱਲਦਾ 4 ਸਪੇਰੇ, ਪੈਸੇ ਲੈ ਕੇ ਜਾਂਦੇ ਆ, ਪੈਸੇ ਲੈ ਜੀ ਉੱਥੋਂ, ਲਿਆਈ ਮੰਗੂ ਕਿਉਂ ਫੜਨਾ ਹੀ ਪੈ ਜਾ ਕੇ। ਅੱਛਾ ਤੇ ਤੁਸੀਂ ਨਾਲ ਨਹੀਂ ਜਾਂਦੇ ਫਿਰ ਮੇਰੇ? ਮੈਂ ਇਕੱਲੀ ਕਿਹਦੇ ਨਾਲ ਜਾਊਂਗੀ? ਉਹ ਨਾਲ ਹੁਣ ਤੈਨੂੰ ਪਤਾ ਗਾ ਵੋਟਾਂ ਸਿਰ ਤੇ ਨੇ, ਮੈਨੂੰ ਕੋਈ ਕਰ ਲੈਂਦੇ ਕਿਸੇ ਪਾਸੋਂ, ਜਿਨ੍ਹਾਂ ਦੇ ਮੂੰਹ ਮਾਂ ਵਿੰਗੇ ਆ ਮਾੜੇ ਮੋਟੇ, ਸਿੱਧੇ ਸਾਧੇ ਕਰੀਏ ਮਾੜੇ ਮੋਟੇ ਆਪਾਂ, ਫੇਰ ਹੀ ਵੋਟਾਂ 'ਚ ਜਿੱਤਾਂਗੇ ਮੂਹਰੇ। ਮੂੰਹ ਤਾਂ ਨਾ ਜਿੰਨਾ ਮਰਜ਼ੀ ਕੁਛ ਡੋਲ ਦਿਓ ਤੁਸੀਂ, ਚਾਹੇ ਸਿਆਣ ਦਾ ਹੋਰ ਡੁੱਲੀ ਚੱਲ, ਤਾਂ ਵੀ ਨਹੀਂ ਲੋਕਾਂ ਦੇ ਸਿੱਧੇ ਹੁੰਦੇ। ਤੂੰ ਸੋਨੇ ਦੀ ਕੀ ਗੱਲ ਕਰਦੀ ਆ, ਇਹ ਤਾਂ ਮੂੰਹ ਹੀ ਇਹੋ ਜਿਹੇ ਜਿਹੜੇ ਸ਼ਰਾਬ ਨਾਲ ਹੀ ਸਿੱਧੇ ਹੋ ਜਾਣਗੇ। ਓਹੋ, ਮੈਂ ਤਾਂ ਜੀ ਤੁਹਾਡੇ ਨਾਲ ਕੋਈ ਗੱਲ ਕਰਨ ਆਈ ਸੀ, ਮੇਰੇ ਤਾਂ ਸਾਰੀ ਗੱਲ ਹੀ ਭੁਲਾਤੀ ਤੁਸੀਂ ਨੇ। ਉਹ ਹੁਣ ਤੱਕ ਗੱਲਾਂ ਹੀ ਕਰਦੀ ਸੀ, ਮੈਂ ਕਿਉਂ ਭੁਲਾਤੀ? ਸੂਟਾਂ ਦਾ ਵਿੱਚ ਪੰਗਾ ਤੈ ਛੇੜ ਲਿਆ। ਆਹੋ, ਮੈਂ ਤਾਂ ਤੁਹਾਨੂੰ ਬੁਰੀ ਲੱਗਦੀ ਆ ਨਾਲੇ, ਤੇ ਉਹ ਬਲਵੀਰੋ ਭੈਣ ਦਾ ਫੋਨ ਆਇਆ ਸੀਗਾ। ਕੀ ਕਹਿੰਦੇ ਸੀ ਹੁਣ ਉਹ? ਕੀ ਕਹਿਣਾ, ਤੁਹਾਨੂੰ ਪਤਾ ਤਾਂ ਹੈਗਾ, ਇੱਕੋ ਹੀ ਡਿਮਾਂਡ ਆ ਉਹਦੀ ਤਾਂ, ਜ਼ਮੀਨ 'ਚ ਹਿੱਸਾ। ਕੀ ਕਰੀਏ ਯਾਰ ਉਹਨੂੰ, ਚੱਲ ਕੋਈ ਨਾ, ਠੇਕਾ ਤਾਂ ਦੇਣਾ ਹੀ ਪਊਗਾ, 10 ਘਰਾਂ 'ਚ ਇੱਕੋ ਹੀ ਕੁੜੀ ਹੈਗੀ, ਐਂ ਛੇਤੀ ਵਿਗਾੜ ਵੀ ਨਹੀਂ ਸਕਦੇ ਆਪਾਂ, ਇੱਕ ਦੂਜੇ ਨਾਲ ਵਿਗੜ ਨਹੀਂ ਸਕਦੇ, ਹੈ ਨਾ। ਚੱਲ ਕੋਈ ਨਾ, ਦੇਵਾਂਗੇ ਠੇਕਾ ਤਾਂ ਆ ਜਾਣ ਦੇ। ਕਦੋਂ ਆਊਗੀ? ਆ ਜੂਗੀ, ਫੋਨ ਕਰਿਆ ਸੀ ਤਾਂ ਦੱਸਿਆ ਨਹੀਂ ਵੀ ਕਦੋਂ ਆਉਣਾ ਹੈਗਾ। ਚੱਲ ਕੋਈ ਨਾ, ਉਹ ਤਾਂ ਦੇਣਾ ਹੀ ਦੇਣਾ ਠੇਕਾ ਤਾਂ। ਆਹੋ, ਦੇਣਾ ਹੀ ਦੇਣਾ, ਤਿਆਰ ਬੈਠੇ ਰਿਹਾ ਕਰੋ ਠੇਕਾ ਦੇਣ ਨੂੰ। ਉਹ ਜੀ ਡੈਡੀ ਜੀ, ਹਾਂ ਮੈਂ ਨਾ ਬਾਜ਼ਾਰ ਜਾਣਾ, ਮੈਨੂੰ ਥੋੜੇ ਪੈਸੇ ਦੇ ਦਿਓ, ਸ਼ਾਪਿੰਗ ਕਰਕੇ ਆਣੀ ਹੈ ਮੈਂ। ਅਜੇ ਦੀ ਵੀ ਸ਼ਾਪਿੰਗ ਕਰਾ ਲਿਆ ਤੇਰੀ ਮਾਂ ਦੀ, ਛੂਟਾਂ ਦਾ ਘਾਟਾ। ਮੈਨੂੰ ਨਹੀਂ ਪਤਾ, ਆਪੇ ਕਰ ਲੂ ਮੰਮੀ, ਮੈਂ ਤਾਂ ਆਪਣੇ ਫਰੈਂਡਸ ਨਾਲ ਜਾਣਾ। ਚੱਲ ਵਗ ਜਾ ਪੁੱਤ, ਫਿਰ ਮੈਂ ਕਿਹੜਾ ਤੈਨੂੰ ਰੋਕਿਆਗਾ, ਪੈਸੇ ਦੇ ਦਿਓ ਮੈਨੂੰ। ਅੱਛਾ ਤੂੰ ਐਂ ਕਹਿਣਾ ਫਿਰ ਪੈਸੇ ਚਾਹੀਦੇ ਆ, ਕੋਈ ਨਾ ਪੁੱਤ ਮੈਂ ਕਰ ਦੇਣਾ ਤੇਰੇ ਖਾਤੇ 'ਚ ਟ੍ਰਾਂਸਫਰ, ਪੈਸਿਆਂ ਦਾ ਘਾਟਾ ਤੇਰੇ ਵਾਸਤੇ, ਕਢਵਾ ਲਈ ਉੱਥੋਂ। ਠੀਕ ਆ ਡੈਡੀ, ਚਲੋ ਡੈਡੀ ਮੈਂ ਜਾਣੀ ਆਪਣੇ ਫਰੈਂਡਸ ਨਾਲ, ਤੁਸੀਂ ਮੰਮਾ ਨੂੰ ਆਪੇ ਕਹਿ ਦਿਓ, ਆਪੇ ਲੈ ਆਣਗੇ ਜਾ ਕੇ, ਠੀਕ ਆ? ਚੱਲ ਕੋਈ ਨਾ, ਜਾ ਪੁੱਤ ਤੂੰ ਤਾਂ ਜਾ। ਠੀਕ ਆ ਡੈਡੀ, ਓਕੇ। ਨਾ ਇਵੇਂ ਕੁੜੀ ਨੂੰ ਸਿਰ ਤੇ ਚਾੜੀ ਜਾ ਰਹੇ ਹੋ, ਮਾੜਾ ਮਾੜਾ ਝਿੜਕ ਝੁੜਕ ਦਿਆ ਕਰੋ। ਕੀ ਡੋਲ ਤਾਂ ਤੇਰਾ ਝਿੜਕਣ ਨੂੰ ਇਹਨੇ? ਜਿੰਨੇ ਪੈਸੇ ਮੰਗਦੇ ਚੱਕ ਕੇ ਮੂੰਹ ਦੇ ਦੇਣਾ ਦੋਸਤਾਂ ਉਹਨੂੰ ਉਹਨੇ। ਫਿਰ ਹੋਰ ਕਰਨੇ ਵੀ ਕੀ ਪੈਸੇ ਆਪਾਂ?
ਨਹੀਂ ਫਿਰ ਐ ਖਰਾਬ ਕਰਨੇ ਨੇ ਉਹਨੂੰ ਚਮਲਾਉਣਾ ਉਹਨੂੰ ਹੁੰਦਾ ਸਾਬ ਸਿਰ ਦਾ ਧੀ ਪੁੱਤ ਨੂੰ ਪੈਸੇ ਨਾਲ ਚੰਬਲ ਜਾਂਦਾ ਬੱਚਾ ਹੋਰ ਤੇ ਮੈਨੂੰ ਲੈ ਜਾਂਦੇ ਨਾਲ ਫਿਰ ਕਿੱਡੀ ਗੱਲ ਸੀ ਚੱਲ ਠੀਕ ਹੈ ਤੇਰੀਆਂ ਤਾਂ ਗੱਲਾਂ ਹੀ ਨਹੀਂ ਮੁੱਕਦੀਆਂ ਮੈਂ ਜਾਣਾ ਮਾੜਾ ਜਿਹਾ ਕੰਮ ਆ ਕੇ ਦੇਖਦਾ ਫਿਰ ਮੈਂ ਕੀ ਕਰਨਾ ਗਾ ਸ਼ਾਮ ਨੂੰ ਕਰਾਂਗੇ ਗੱਲ ਮੇਰੀਆਂ ਤਾਂ ਆਪੇ ਨਹੀਂ ਗੱਲਾਂ ਮੁੱਕਦੀਆਂ ਮੈਂ ਜਦੋਂ ਕੋਈ ਚੰਗੀ ਗੱਲ ਕਹਿ ਦਿੰਦੀ ਹਾਂ ਬੁਰੀਆਂ ਲੱਗਦੀਆਂ ਨੇਗੀਆਂ ਉਈ ਚਮਲਾਈ ਜਾਂਦੇ ਨੇ ਕੁੜੀ ਨੂੰ ਰੱਬ ਨੇ ਕਹਿੰਦੇ ਹੁੰਦੇ ਆ ਗਰਮੀ ਬਾਹਲੀ ਆ ਤੇ ਉੱਤੋਂ ਗਰੀਬੀ ਸਹੀ ਗੱਲ ਆ ਕੀ ਕੀਤਾ ਜਾਵੇ ਇਹ ਪਰਮਾਤਮਾ ਮਿਲ ਗਿਆ ਅੱਡ ਤੇ ਵੀ ਕਦੋਂ ਦਿਨ ਫੁਰਨਗੇ ਸੁਣ ਲਾ ਨਾਲੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਕੀਤਾ ਕਿਤੇ ਵੀ ਜ਼ਿੰਦਗੀ 'ਚ ਫਿਰ ਵੀ ਐਂ ਸੋਚੀਦਾ ਸਭ ਦਾ ਭਲਾ ਹੋਵੇ ਪਤਾ ਨਹੀਂ ਕੀ ਗੱਲ ਆ ਫਿਰ ਵੀ ਆਪਦੇ ਨਾਲ ਕਿਉਂ ਮਾੜਾ ਹੁੰਦਾ ਸਮਝ ਨਹੀਂ ਆਉਂਦੀ ਗੱਲ ਚੱਲ ਇਹ ਮੇਰੇ ਵਾਹਿਗੁਰੂ ਕਿਤੇ ਤਾਂ ਸੁਣੀ ਗਈ ਸਾਡੀ ਕੋਈ ਗੱਲ ਨਹੀਂ ਨਾ ਪਰਮਾਤਮਾ ਦੇ ਭਰੋਸਾ ਰੱਖੇ ਪਰਮਾਤਮਾ ਹੀ ਹੈ ਬਸ ਮੇਰਾ ਤਾਂ ਤੂੰ ਹੀ ਸਹਾਰਾ ਲੈ ਤੂੰ ਸਭ ਮੇਰਾ ਸਾਥ ਸਾਡੇ ਵੀ ਕਾਹਦੇ ਕਰਕੇ ਇੱਕ ਗਰੀਬੀ ਕਰਕੇ ਇਹਨਾਂ ਗਰੀਬੀ 'ਚ ਪਰਮਾਤਮਾ ਕਦੇ ਸਾਥ ਨਹੀਂ ਛੱਡਦਾ ਸਭ ਭੈਣ ਭਾਈ ਵੀ ਸਾਥ ਛੱਡ ਜਾਂਦੇ ਬਸ ਹੁਣ ਤੂੰ ਹੀ ਓਕੇ ਮੈਂ ਚਰਨੇ ਠੀਕ ਆ ਵਧੀਆ ਤੂੰ ਦੱਸ ਉਹ ਕੀ ਲੱਭੀ ਜਾਂਦਾ ਹੋਰ ਤਕੜਾ ਮੇਰੇ ਮਿਰਚਾਂ ਵਾਲੇ ਉਹ ਕੋਈ ਨੀ ਹੋਰ ਤੂੰ ਦੱਸ ਬਹੁਤ ਵਧੀਆ ਓਕੇ ਮੈਂ ਹੁਣ 700 ਤੋਂ ਝਾਉਂਦੀ ਨੀ ਯਾਰ ਕੀ ਕਹਿੰਦੇ ਹੁੰਦੇ ਕਿਵੇਂ ਆਵਾਂ 7 ਚ ਕਹਿੰਦੇ ਹੁੰਦੇ ਆ ਜੱਟ ਦੀ ਕਹਿੰਦੇ ਹੁੰਦੇ ਆ ਜ਼ਮੀਨ ਮਾਂ ਹੁੰਦੀ ਆ ਉਹ ਮੇਰੇ ਗਹਿਣੇ ਪਈ ਆ 2 ਕਿੱਲੇ ਆ ਕਿਹੜਾ ਮੂੰਹ ਲੈ ਕੇ ਜਾਵਾਂ ਸਮਝ ਨਹੀਂ ਆਉਂਦੀ ਜਿਹੜੀ ਗਰੀਬੀ ਹੁੰਦੀ ਨਾ ਇਹ ਸਾਰਾ ਕੁਛ ਭੁਲਾ ਆਉਂਦੀ ਹੈ ਕਦੇ ਮਨ ਹੀ ਨਹੀਂ ਕਰਦਾ ਕਿਸੇ ਪਾਸੇ ਜਾਣ ਨੂੰ ਸਾਰਾ ਦਿਨ ਮਨ ਨਾ ਇੱਕ ਹੀ ਗੱਲ ਸੋਚਦਾ ਰਹਿੰਦਾ ਵੀ ਕੀ ਕਰਾਂ ਕਿਵੇਂ ਮੇਰੇ ਦਿਨ ਫੁਰਨਗੇ ਤੂੰ ਕਿਹੜਾ ਬਗਾਨਾ ਗਾ ਤੈਨੂੰ ਸਹੀ ਗੱਲ ਦੱਸਾਂ 2 ਕਿੱਲੇ ਵਾਹਣ ਦੇ ਸੜਾਏ ਸੀ ਉਹ ਵੀ ਇੱਕ ਗਹਿਣੇ ਸਿਉਣਾ ਪਿਆ ਸੀ ਘਰੇ ਕੁੜੀ ਦਾ ਦੀ ਧੀ ਦਾ ਉਹ ਧਰ ਕੇ ਨਾ ਫਿਰ ਛੜਾਇਆ ਗਾ ਉਹ ਧੀ ਦਾ ਮਸਾਂ ਬਣਾਇਆ ਸੀਗਾ ਅਤੇ ਵਾਹਣ ਤਾਂ ਛੜਾ ਲਿਆ ਹੁਣ ਮੈਨੂੰ ਉਹਦੀ ਬੁਲਝਣ ਲੱਗੀ ਰਹਿੰਦੀ ਹੈ ਅਤੇ ਵੀ ਹੁਣ ਵਾਹਣ ਤਾਂ ਜਦੋਂ ਛੁੱਟੂਗਾ ਮੈਨੂੰ ਆਇਆ ਅਤੇ ਮੇਰੇ ਧੀ ਦਾ ਜਿਹੜਾ ਸਿਉਣਾ ਸੀਗਾ ਹੁਣ ਉਹਨੂੰ ਕਿਵੇਂ ਛੜਾਉਣ ਬਸ ਮੈਨੂੰ ਤਾਂ ਗਰੀਬ ਨਹੀਂ ਮਾਰ ਰੱਖਿਆ ਕੋਈ ਗੱਲ ਨਹੀਂ ਚਰਨਿਆ ਮਨ ਨਾ ਹੌਲਾ ਕਰ ਕੋਈ ਗੱਲ ਨਹੀਂ ਸਾਰਾ ਕੁਛ ਠੀਕ ਹੋ ਜਾਊਗਾ ਮੈਨੂੰ ਪਤਾ ਤੇਰੇ ਹਾਲਾਤ ਤੂੰ ਫਿਕਰ ਕਿਉਂ ਕਰਦਾ ਹੈ ਜਦੋਂ ਉਹ ਪਰਮਾਤਮਾ ਹੈਗਾ ਸਭ ਦੀ ਸੁਣਦਾ ਉਹ ਮੈਂ ਤਾਂ ਤੇਰੇ ਕੋਲ ਆਏ ਆ ਗਿਆ ਮਹੱਲਾ 7 'ਚ ਆਉਂਦਾ ਨਹੀਂ ਕਿੰਨੇ ਦਿਨ ਹੋ ਗਏ ਮਹਾਂ ਚੱਲ ਮੈਂ ਗੇੜਾ ਮਾਰਿਆ ਮਾਂ ਅਤੇ ਘਰੇ ਗਿਆ ਕਹਿੰਦੇ ਘਰੇ ਹੈ ਨਹੀਂ ਭਾਈ ਚੱਲ ਮਹਾਂ ਖੇਤ ਹੋਊਗਾ ਫਿਰ ਹੋਰ ਤਾਂ ਉਹਨੇ ਕਿੱਥੇ ਜਾਣਾ ਉਹ ਖੇਤ ਹੀ ਆ ਕਦੇ ਉਸ ਵੱਟ ਨਾਲ ਅਤੇ ਕਦੇ ਉਸ ਵੱਟ ਨਾਲ ਲੱਗ ਕੇ ਬਹਿ ਜਾਂਦਾ ਸਾਰੇ ਦਿਨ ਆਹੀ ਸੋਚਦਾ ਰਹਿੰਦਾ ਪਰ ਇੱਕ ਗੱਲ ਜਿਹੜੀ ਤੂੰ ਆ ਕਹੀ ਹੈ ਨਾ ਪਰਮਾਤਮਾ ਹੈਗਾ ਮੇਰਾ ਵੀ ਪਰਮਾਤਮਾ 'ਤੇ ਭਰੋਸਾ ਇਹ ਤੋਂ ਬਿਨਾਂ ਮੇਰਾ ਕੋਈ ਨਹੀਂ ਹੈ ਉਹ ਬਸ ਜਿਹੜਾ ਉਹ 'ਤੇ ਭਰੋਸਾ ਰੱਖਦਾ ਨਾ ਉਹਦਾ ਸਾਰਾ ਕੁਛ ਹੱਲ ਹੋ ਜਾਂਦਾ ਤੂੰ ਫਿਕਰ ਨਾ ਕਰ ਯਾਰ ਮੈਂ ਤਾਂ ਤੇਰੇ ਕੋਲ ਆਇਆ ਸੀ ਤੈਨੂੰ ਵੀ ਪਤਾ ਆ ਸਰਪੰਚੀ ਤਾਂ ਮੈਂ ਲੈਣੀ ਸੀ ਆ ਲੈ ਕੇ ਬੈਠ ਗਿਆ ਜੋਰਾ ਹੈਂ
ਆ ਜੁਰਾ ਹੁਣ ਕਿਸੇ ਕੰਮ ਦਾ ਨਹੀਂ ਰਿਹਾ। ਆਪਣੇ ਦਾ ਤਾਂ ਕੋਈ ਕੰਮ ਕਰਦਾ ਹੀ ਨਹੀਂ। ਜੇ ਘਰੇ ਜਾਓ ਤਾਂ ਕੋਈ ਚੱਜ ਨਾਲ ਗੱਲ ਨਹੀਂ ਕਰਦਾ। ਮਹਾਂ ਕੋਈ ਗੱਲ ਨਹੀਂ ਪੁੱਤਰਾ, ਅਸੀਂ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਗਾ, ਹੁਣ ਆਹ ਥੋੜ੍ਹਾ ਹੀ ਸਮਾਂ ਰਹਿ ਗਿਆ ਸਰਪੰਚੀ ਦਾ, ਕੋਈ ਬੰਦਾ ਇਹੋ ਜਿਹਾ ਲੱਭ ਕਿ ਉਹਦੇ ਮੂਹਰੇ ਲਿਆ ਕੇ ਖੜਾ ਕਰ ਦਈਏ ਨਾ, ਉਹਦੀਆਂ ਤਾਂ ਪੂਛਾਂ ਚੁਕਾ ਦਈਏ ਆਪਾਂ। ਕੀਤਾ ਜਾਵੇ, ਜਿਹੜੀ ਸਰਪੰਚੀ ਉਹਦੇ ਕੋਲ ਆਈ ਨਾ, ਉਹ ਸਰਪੰਚੀ ਮੇਰੇ ਕੋਲ ਵੀ ਆਉਂਦੀ ਸੀ, ਪਰ ਆਹ ਜਿਹੜੀ ਗਰੀਬੀ ਹੈ ਨਾ, ਇਹਦੇ ਕਰਕੇ ਮੈਂ ਤਾਂ ਚੁੱਪ ਕਰ ਗਿਆ। ਉਸ ਉਹ ਸਰਪੰਚ ਬਣ ਕੇ ਬਹਿ ਗਿਆ। ਕੋਈ ਗੱਲ ਨਹੀਂ, ਜੇ ਸਰਪੰਚ ਬਣ ਕੇ ਬਹਿ ਗਿਆ ਸੀ ਕੋਈ ਗੱਲ ਨਹੀਂ, ਬਾਹਲਾ ਚਿਰ ਨਹੀਂ ਚੱਲਦਾ ਇਹ ਹੁਣ, ਆਹ ਥੋੜ੍ਹਾ ਹੀ ਸਮਾਂ ਰਹਿ ਗਿਆ। ਲੈ ਕਰਦਾ ਨਾ ਕੋਈ ਇਹੋ ਜਿਹਾ ਬੰਦਾ ਤਿਆਰ, ਆਪਾਂ ਹੈਂ ਭੱਜਿਆ ਫਿਰੂਗਾ ਤਾਂ। ਚੱਲ ਕੋਈ ਗੱਲ ਨਹੀਂ, ਚੰਗਾ ਬੰਦਾ ਆ ਜਿਹਦਾ ਸਾਰੇ ਪਿੰਡ ਦਾ ਕੰਮ ਹੋ ਜਾਂਦਾ ਵਾ, ਪਰ ਭਾਵੇਂ ਭਰਾ ਗਾ ਅਤੇ ਉਹਨੇ ਕਦੇ ਵੀ ਜ਼ਿੰਦਗੀ 'ਚ ਨਾ ਉਹੋ ਨਹੀਂ ਕਰਿਆ, ਸੋਚਿਆ ਨਹੀਂ ਕਿਸੇ ਬਾਰੇ, ਆਪਦੇ ਬਾਰੇ ਸੋਚਦਾ ਰਿਹਾ ਗਾ। ਓਏ ਉਹ ਤਾਂ ਮੈਂ ਤੇਰੀ ਗੱਲ ਸਮਝਦਾ, ਪਰ ਯਾਰ ਬੰਦਾ ਵਧੀਆ ਨਹੀਂ ਉਹ, ਮੈਨੂੰ ਤਾਂ ਉਹੀ ਨਹੀਂ ਜੱਚਿਆ। ਦੇਖ ਤੂੰ ਆਪਣੇ ਭਰਾਵਾਂ ਵਰਗਾ, ਆਪਾਂ ਤੇਰੀ ਪੂਰੀ ਸਪੋਰਟ ਕਰਾਂਗੇ, ਤੂੰ ਇੱਕ ਵਾਰੀ ਬੰਦਾ ਇਹੋ ਜਿਹਾ ਖੜਾ ਕਰ ਦੇ, ਬਸ ਜੋਰੇ ਨੂੰ ਤਾਂ ਮੈਂ ਭੱਜਦਾ ਦੇਖਣਾ। ਚਲੋ ਕੋਈ ਗੱਲ ਨਹੀਂ, ਤੂੰ ਵੀ ਨਿਗਾ ਰੱਖੀ, ਮੈਂ ਵੀ ਕੋਈ ਨਾ ਕੋਈ ਬੰਦਾ ਭਾਲੂੰਗਾ, ਬੰਦਾ ਚੰਗਾ ਹੋਵੇ, ਪਿੰਡ ਦਾ ਸਾਰਾ ਕੰਮ ਹੋਵੇ, ਠੀਕ ਹੈ। ਮੈਂ ਤਾਂ ਹੁਣ ਤੈਨੂੰ ਪਤਾ ਹੀ ਸਰਪੰਚ ਦੇ ਕਾਬਲ ਹੈ ਨਹੀਂ, ਗਰੀਬ ਬੰਦਾ ਕੀ ਸਰਪੰਚੀ ਕਰ ਲੂਗਾ। ਓਏ ਆਹ ਤਾਂ ਗੱਲ ਤੇਰੀ ਠੀਕ ਲੱਗੀ ਮੈਨੂੰ, ਹੈ ਪਰ ਤੂੰ ਹੀ ਹੈ ਜਿਹੜਾ ਇਕੱਲਾ ਹੁੰਦਾ ਵੀ ਪਿੰਡ ਬਾਰੇ ਸੋਚਦਾ, ਆ ਜੋਰਾ ਤਾਂ ਜਮੀ ਨਹੀਂ ਕਿਸੇ ਦੇ ਕੰਮ ਆਉਂਦਾ, ਤੂੰ ਗੱਲ ਸਮਝਿਆ ਕਰ। ਮੈਂ ਤਾਂ ਐਂ ਕੀ ਕਹਿਣਾ ਵੀ ਪੰਗਾ ਲੈ ਕੇ ਦੇਖ। ਕੀ ਪੰਗਾ ਲੈ ਕੇ ਦੇਖੀ, ਤੈਨੂੰ ਮੈਂ ਮੇਰੇ ਹਾਲਾਤ ਦੱਸੇ ਤਾਂ ਹੈਗੇ, ਮੈਂ ਤਾਂ ਗਰੀਬੀ ਨਹੀਂ ਲੜਨ ਵਾਲਾਂਗਾ ਅਤੇ ਗਰੀਬੀ ਨਾਲ ਲੜਦੇ ਰਹਿ ਜੂੰਗਾ, ਪਰ ਜਿਹੜੀ ਗੱਲ ਤੂੰ ਕਹਿਣਾ ਕੋਈ ਗੱਲ ਨਹੀਂ, ਮੈਂ ਸੋਚੂੰਗਾ ਆਪਾਂ ਕੋਈ ਬੰਦਾ ਹੀ ਵਧੀਆ ਭਰ ਲਾਂਗੇ ਜਿਹੜਾ ਪਿੰਡ ਦੇ ਕੰਮ ਕਰ ਸਕੇ। ਹਾਂ ਆਹ ਤਾਂ ਤੇਰੀ ਗੱਲ ਠੀਕ ਹੈ, ਚੱਲ ਕੋਈ ਨਹੀਂ, ਦੇਖ ਫਿਰ ਬੰਦਾ ਆਪਾਂ ਮਿਲਦੇ ਹਾਂ ਫਿਰ ਛੇਤੀ, ਹੈਂ। ਕੋਈ ਗੱਲ ਨਹੀਂ, ਹਾਂ ਧੰਨਵਾਦ ਤੇਰੇ ਜਿਹੜੇ ਨੇ ਤੂੰ ਮੈਨੂੰ ਫਿਰ ਵੀ ਇਸ ਲਾਇਕ ਸਮਝਿਆ। ਉਹ ਨਹੀਂ ਨਹੀਂ ਆਪਾਂ ਤਾਂ ਤੇਰੀ ਫੁੱਲ ਸਪੋਰਟ ਕਰਾਂਗੇ, ਤੂੰ ਇੱਕ ਵਾਰੀ ਬਸ ਮੌਕਾ ਤਾਂ ਦੇ। ਕੋਈ ਗੱਲ ਨਹੀਂ, ਆ ਪਰਮਾਤਮਾ ਨੇ ਜੇ ਚਾਹਿਆ ਨਾ ਪਰਮਾਤਮਾ ਨੂੰ ਮੌਕਾ ਦਿੰਦਾ ਹੁੰਦਾ, ਜੋ ਇਹ ਆਪਣੀ ਕਿਸਮ 'ਤੇ ਲਿਖਿਆ ਨਾ ਸਰਪੰਚ ਬਣਨਾ, ਕਿਤੇ ਕੋਈ ਗੱਲ ਨਹੀਂ ਪਰਮਾਤਮਾ ਆਪਾਂ ਨੂੰ ਵੀ ਬਣਾ ਦੂੰ, ਪਰ ਹਜੇ ਮੇਰਾ ਟਾਈਮ ਹੈ ਨਹੀਂ ਗਾ। ਉਹ ਚੱਲ ਕੋਈ ਨਹੀਂ, ਟਾਈਮ ਤਾਂ ਆਉਂਦਾ ਜਾਂਦਾ ਰਹਿੰਦਾ, ਨਾਲੇ ਕੋਈ ਪਿੰਡ 'ਚ ਕੰਮ ਹੋਇਆ ਤਾਂ ਮੈਨੂੰ ਦੱਸ ਦੀ, ਸਰਪੰਚ ਤੋਂ ਬਾਅਦ ਤਾਂ ਨੰਬਰਦਾਰ ਦੀ ਵੱਧ ਚੱਲਦੀ ਹੁੰਦੀ ਹੈ। ਯਾ ਗੱਲ ਆ ਨੰਬਰਦਾਰਾ, ਜ਼ਰੂਰ ਤੈਨੂੰ ਦੱਸਾਂਗੇ, ਤੂੰ ਹੀ ਹੈਗਾ ਇੱਕ ਜਿਹੜਾ ਮੇਰਾ ਹਾਲ ਚਾਲ ਪੁੱਛ ਲੈਂਦਾ, ਵੀ ਦੂਜਾ ਤਾਂ ਗੱਲਾਂ ਇਹ ਕਹਿੰਦਾ ਉਹ ਗਰੀਬ ਬੰਦਾ ਆਪਾਂ ਇਹਤੋਂ ਕੀ ਲੈਣਾ ਗਾ। ਉਹ ਚੱਲ ਆਹ ਗੱਲਾਂ ਨਾ ਕਰਿਆ ਕਰ ਗਰੀਬ ਗਰੂਬ, ਹੈਂ ਇੱਥੇ ਕੁਛ ਨਹੀਂ ਹੈਗਾ ਗਰੀਬ ਗਰੂਬ, ਯਾਰ ਮਿੱਤਰ ਆਪਾਂ ਫਿਰ ਵੀ ਭਰਾਵਾਂ ਵਰਗੇ ਭਰਾ, ਚੰਗਾ ਫਿਰ ਮਾਰਦਾ ਕਿਹੜਾ ਤੇਰੇ ਕੋਲ, ਨਾਲੇ ਆ ਜਾ ਕਰ ਉੱਥੇ ਸਾਥ 'ਚ ਬੈਠ ਕੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ। ਚੱਲ ਚੰਗਾ ਕਰ ਲਾ ਜਿਹੜਾ ਕੰਮ ਕਰਨਾ ਤੂੰ। ਇਹ ਵੀ ਸਹਾਰਾ ਦੇ ਗਿਆ, ਪਰ ਇਹ ਵੀ ਗੱਲ ਤਾਂ ਸਹੀ ਕਹਿੰਦਾ, ਪਿੰਡ ਦਾ ਕੰਮ ਕੋਈ ਵੀ ਨਹੀਂ ਹੋਇਆ, ਜੇ ਉਹ ਪਿੰਡ ਦਾ ਕੰਮ ਕਰ ਦਿੰਦਾ ਭਾਵੇਂ ਮੇਰਾ ਭਰਾ ਗਾ, ਉਹ ਵੀ ਬਸ ਕੁੰਡੀਆਂ ਲਾਉਂਦੇ ਰਹਿ ਗਿਆ, ਮੇਰਾ ਆਹ ਬਣ ਜੇ ਆਹ ਬਣ ਜੇ, ਪਰ ਪਿੰਡ ਬਾਰੇ ਉਹਨੇ ਵੀ ਨਹੀਂ ਕਦੇ ਸੋਚਿਆ ਕਿ ਪਿੰਡ ਦਾ ਵੀ ਕੁਛ ਬਣ ਜੇ। ਇਕੱਲੇ ਪੈਸੇ ਨੂੰ ਕੀ ਕਰੇਗਾ, ਭਰਾ ਮੇਰਿਆ ਇਕੱਲਾ ਪੈਸੇ ਹੀ ਰਹਿ ਜਾਂਦਾ ਹੁੰਦਾ, ਬੰਦੇ ਕੋਲ ਪੈਸਾ ਨਹੀਂ ਨਾਂ ਨਾਲੇ ਇੱਜ਼ਤ ਵੀ ਚਾਹੀਦੀ ਹੈ, ਇਕੱਲੇ ਪੈਸੇ ਨੂੰ ਕਰਾਉਣਾ ਅਤੇ ਸਭ ਭੈਣ ਭਾਈ ਕਹਿੰਦੇ ਦੂਰ ਹੋ ਜਾਣ ਅਤੇ ਇਕੱਲਾ ਪੈਸਾ ਰਹਿ ਜੇ, ਫਿਰ ਆਪਾਂ ਇਕੱਲੇ ਪੈਸੇ ਨੂੰ ਕੀ ਕਰਾਂਗੇ, ਮੈਨੂੰ ਤਾਂ ਦੋਨੋਂ ਚੀਜ਼ਾਂ ਚਾਹੀਦੀਆਂ, ਆਈ ਚਲਾਈ ਹੋਈ ਜਾਵੇ ਬਸ, ਉਨਾ ਕੁ ਪੈਸਾ ਅਤੇ ਦੂਜਾ ਭੈਣ ਭਾਈ ਦਾ ਰਿਸ਼ਤਾ ਵੀ ਜ਼ਰੂਰ ਚਾਹੀਦਾ ਬੰਦੇ ਕੋਲ, ਜਿਹਦੇ ਕੋਲ ਭੈਣ ਭਾਈ ਦਾ ਰਿਸ਼ਤਾ ਨਹੀਂ ਅਤੇ ਕੀ ਫਾਇਦਾ ਫਿਰ ਉਹਦਾ ਇਹੋ ਜਿਹੀ ਕਮਾਈ ਦਾ। ਚਲ ਆਪਾਂ ਵੀ ਗੱਲਾਂ 'ਚ ਹੀ ਰਹਿ ਗਏ, ਹੁਣ ਕੰਮ ਕਰ ਗਿਆ ਆਪਦਾ, ਚੱਲ ਦੇਖਦੇ ਹਾਂ ਅੱਜ ਜੁਰੇ ਨੂੰ ਵੀ ਮਿਲਦੇ ਹਾਂ ਅੱਜ ਕੀ ਕਹਿੰਦਾ। ਨਾ ਚਰਨੇ ਨੇ ਪੈਸੇ ਦਿੱਤੇ ਨਾ ਜੋਰੇ ਨੇ, ਹਾਏ ਗੱਲ ਹੀ ਨਹੀਂ ਕਰਦੇ, ਨਾਲੇ ਇਹਨਾਂ ਦੇ ਕਿੰਨੇ ਕੰਮ ਕਢਾਏ ਆ, ਚਰਨਾ ਤਾਂ ਚੱਲ ਆਪਣਾ ਭਰਾ ਹੈਗਾ,
ਆ ਜੋਰੇ ਕੋਲ ਤਾਂ ਬਹੁਤ ਕੁਛ ਹੈ, ਹੈਂ ਜੋਰਾ ਤਾਂ ਬਥੇਰੇ ਟਾਂਕੇ ਲਾਉਂਦਾ। ਕੋਈ ਗੱਲ ਨਹੀਂ, ਇਹਤੋਂ ਕਢਾਉਣੇ ਵੈਸੇ। ਓਏ ਨੰਬਰਦਾਰਾ, ਤੈਨੂੰ ਪਤਾ ਨਹੀਂ ਲੱਗਦਾ ਵੀ ਛਮਕੋ ਤੁਰੀ ਆਉਂਦੀ ਹੈ? ਕਦੇ ਮੇਰੇ ਵੱਲ ਵੀ ਦੇਖ ਲਿਆ ਕਰ। ਓਏ ਕਾ ਤੂੰ ਨਾ ਟੋਕ ਦਿਆ ਕਰ ਮੈਨੂੰ, ਓਏ ਚੱਜ ਦੇ ਕੰਮ ਨਾ ਕਰਨ ਦੀ। ਹਾਂ ਦੱਸ। ਟੋਕਣ ਨੂੰ ਕਿ ਗਾਹਾਂ ਤੋਂ ਰਿਸ਼ਤਾ ਕਰਨ ਚੱਲਿਆ ਸੀ? ਮੈਂ ਤਾਂ ਤੈਨੂੰ ਪਤਾ ਜਦੋਂ ਤੂੰ ਲੰਘਦਾਂਗਾ ਨਾ ਮੇਰਾ ਤਾਂ ਕਾਲਜੇ ਚੋਂ ਰੁੱਖ ਭਰ ਲੈਣਾ। ਅੱਛਾ, ਤੂੰ ਕਿਉਂ ਨਹੀਂ ਮੈਨੂੰ ਬੁਲਾਉਂਦਾ, ਚੁੱਪ ਕਰਕੇ ਟੱਪ ਜਾਂਦਾ? ਮੈਨੂੰ ਹੋਰ ਵੀ ਕੰਮ ਹੁੰਦੇ ਆ ਕਿ ਹੁਣ ਤੇਰੇ ਕੰਨੀ ਦੇਖੀ ਜਾਇਆ ਕਰਾਂ। ਮੇਰੇ ਕੰਨੀ ਦੇਖ ਲਿਆ ਕਰ, ਕੰਮ ਤਾਂ ਤੇਰੇ ਫਿਰ ਵੀ ਹੁੰਦੇ ਰਹਿਣਗੇ। ਆਹ ਕੰਮ ਹੁੰਦੇ ਨੇ ਨਾ ਜਿਹੜੇ ਜ਼ਿੰਦਗੀ ਦੇ, ਇਹ ਦੁਬਾਰੇ ਨਹੀਂ ਹੁੰਦੇ। ਉਹ ਤੂੰ ਦਫਾ ਹੋ, ਫਿਰ ਮਿਲਦੇ ਆ ਤੈਨੂੰ। ਦਫਾ ਹੋ ਕਹਿ ਗਏ, ਕੋਈ ਨਾ ਇੱਕ ਨਾ ਇੱਕ ਦਿਨ ਤਾਂ ਤੂੰ ਮੇਰੇ ਜਾਲ 'ਚ ਆਈ ਜਾਣਾ ਹੈ। ਤੈਨੂੰ ਪਤਾ ਹੈ ਜਦੋਂ ਦੀ ਨੰਬਰਦਾਰੀ ਮਿਲੀ ਹੈ ਪਰ ਸਰਪੰਚ ਤੋਂ ਵੀ ਵੱਧ ਗਿਆ। ਘਰੇ ਲੈ ਚੱਲਦੇ ਆ, ਨਾਲੇ ਚਾਹ ਪਾਣੀ ਪੀ ਲਈ ਹੈ। ਠੀਕ ਆ ਤਾਇਆ, ਹੁਣ ਬਾਵਾ ਪ੍ਰਭੂ ਜਾ ਕੇ ਆਉਣਾ ਮੜਾ। ਅੱਛਾ, ਚੱਲ ਕੋਈ ਨੀ, ਕਹੀ ਤੇਰੇ ਬਾਪੂ ਨੂੰ। ਠੀਕ ਹੈ ਸਭ, ਠੀਕ ਆ, ਠੀਕ ਆ, ਚੰਗਾ। ਅਮਰ ਕੀ ਹੋ ਗਿਆ, ਕਿਹੜੀਆਂ ਸੋਚਾਂ ਖੁੱਬੇ ਹੋਇਆ? ਕੀ ਦੱਸਾਂ ਯਾਰ ਤੈਨੂੰ, ਤੇਰੇ ਯਾਦ ਨਹੀਂ ਆਪਾਂ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਇੱਥੇ ਇੱਕ ਕੁੜੀ ਹੁੰਦੀ ਸੀ ਆਪਣੇ ਨਾਲ। ਉਹ ਕਿਹੜੀ ਕੁੜੀ ਦੀ ਗੱਲ ਕਰੀਏ ਨਾ ਤੂੰ? ਕੋਈ ਉਹੀ ਯਾਰ ਜਦੋਂ ਆਪਾਂ ਛੋਟੇ ਛੋਟੇ ਖੇਡਦੇ ਹੁੰਦੇ ਸੀਗੇ ਤੇ ਉਹ ਵੀ ਜਮਾਂ ਨਿੱਕੀ ਜਿਹੀ ਹੁੰਦੀ ਸੀਗੀ। ਓਏ ਉਹ ਕੁੜੀ ਦੀ ਗੱਲ ਕਰਦਾ ਮੈਂ। ਉਹ ਕਿਤੇ ਤੂੰ ਜੀਤੋ ਹੀ ਗੱਲ ਤਾਂ ਹੀ ਕਹਿੰਦਾ? ਓਏ ਹਾਂ ਹਾਂ, ਉਹੀ ਜਿਹੜੀ ਆਪਦੀ ਭੂਆ ਕੋਲ ਵੱਗ ਗਈ ਸੀਗੀ। ਉਹ ਤਾਂ ਆ ਗਈ। ਦਿਖਾਈ ਦੇ ਯਾਰ ਜੀਤਾਂ, ਮੈਂ ਤਾਂ ਤੈਨੂੰ ਪਤਾ ਤੁਹਾਡੇ ਪਿੰਡ ਦੀਆਂ ਸਾਰੀਆਂ ਗਲੀਆਂ ਛਾਣਤੀਆਂ ਪਰ ਮੈਨੂੰ ਹਜੇ ਤੱਕ ਨਹੀਂ ਮਿਲੀ। ਉਹਦੇ ਕਰਕੇ ਤਾਂ ਤੈਨੂੰ ਪਤਾ ਭਰਾਵਾ ਮੈਂ 37 ਰਿਸ਼ਤੇ ਮੋੜ ਚੁੱਕਾ ਹੁਣ ਤੱਕ। ਮੈਂ ਵਿਆਹ ਨੂੰ ਹਾਂ ਨਹੀਂ ਕਰਦਾ ਘਰਦਿਆਂ ਨੂੰ ਵੀ ਜਦੋਂ ਉਹ ਮਿਲੂਗੀ ਮੈਂ ਤਾਂ ਉਹਦੇ ਨਾਲ ਹੀ ਕਰਾਊਂ। ਉਹ ਤੂੰ ਕਿਹੜੀ ਗੱਲ ਕਰੀ ਆ, ਦੇਖਣੀ ਆ ਤੂੰ। ਹੋਰ ਤੈਨੂੰ ਪਤਾ ਤਾਂ ਯਾਰ ਉਹ ਡੈਡੀ ਕੋਲ ਆਉਣ ਜਾਣ ਤਾਂ ਰਹਿੰਦਾ ਹੀ ਆ ਉਹਦਾ। ਅੱਛਾ ਯਾਰ, ਹੋਰ ਤੂੰ ਮੈਨੂੰ ਦਿਖਾ ਲਿਆਂਗਾ ਬਾਈ ਬਣ ਕੇ? ਚੱਲ ਦਿਖਾ ਲਿਆਵਾਂ ਤੈਨੂੰ। ਆਇਆ ਹੈ
ਲੈ ਕੇ ਚੱਲੇਗਾ ਮੈਨੂੰ ਉਹਨਾਂ ਦੇ ਘਰੇ? ਹਾਂ ਹਾਂ ਜ਼ਰੂਰ ਯਾਰ, ਸਿਰ ਜੀਤਾਂ ਹੈ ਹੋਰ।